साहब जी की हजूरी बैठी सात संगत रसना पवित्र करो कदे कदे बुलाओ जी वाहिगुरु जी का खालसा वाहिगुरु जी की फतेह। आप जी बहुत ही ज्ञान दियां गल्लां गुरु ग्रंथ साहब जी के विचों सरवण कर रहे सो। एक वो स्थान है संत महापुरशां दे स्थान ते तुहानूं गुरु ग्रंथ साहब दी हजूरी विच बैठी सात संगत ਮਨੋ ਕਾਗਰ ਕਰਕੇ ਸਤਿਗੁਰ ਦੀ ਸੰਗਤ ਵਿੱਚ ਬੈਠਣਾ ਹੈ ਤਾਂ ਹੀ ਸਾਨੂੰ ਕੁਝ ਲਾਭ ਪ੍ਰਾਪਤ ਹੋ ਸਕਦਾ ਹੈ। ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤ ਇੱਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਸੇਵਾ ਕਰ ਸਕੇ। ਸਭ ਸਰਨ ਗੁਰੂ ਜੀ ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾ ਕਾ ਅੰਤਰ ਜਾਮੀ। Thank you.
ਸ਼ਬਦ ਬੋਲਦੇ ਹਨ ਬੇਅੰਤ ਭੁੱਲਾਂ ਚੁੱਪਾਂ ਹੋ ਜਾਂਦੀਆਂ ਹਨ। ਅਣਜਾਣ ਸੇਵ ਸੰਗ ਕਿਰਪਾ ਕਰਨਾ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਦੁਆਰਾ।